ਮੇਰਾ ਨਾਂ ਜੀ ਮਨਦੀਪ। ਮਨਦੀਪ ਕਿੱਥੇ ਡਿਊਟੀ ਕਰਦੇ ਸੀ? ਮੈਂ ਜੀ ਭਾਰਤ ਪੈਟਰੋਲੀਅਮ ਵਾਲੇ ਪੰਪ 'ਤੇ, ਜਿਹੜਾ ਉੱਥੇ ਧਰਮਕੋਟ ਵਾਲੇ ਰਾਹ 'ਤੇ ਜੀ। ਕੱਲ੍ਹ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਦਿਓ, ਕਿੰਨੇ ਕੁ ਵਜੇ ਦੀ ਘਟਨਾ ਅਤੇ ਕਿਵੇਂ ਹੋਇਆ? 6:45 ਦੀ ਘਟਨਾ ਜੀ। ਮੈਂ ਅੰਦਰ ਬੈਠਾ ਸੀ ਦਫ਼ਤਰ 'ਚ ਜੀ, ਦੋ ਬੰਦੇ ਆਏ, ਉਹਨਾਂ ਨੇ ਮੋਟਰਸਾਈਕਲ ਰੋਕ ਲਿਆ, ਮੂੰਹ ਬੰਨੇ ਸੀਗੇ ਜੀ, ਅਤੇ ਪਹਿਲਾਂ ਟੈਂਕੀ ਵੱਲ ਨੂੰ ਗਏ ਪਾਣੀ ਪੀਣ ਨੂੰ, ਫਿਰ ਸ਼ੀਸ਼ੇ ਥਾਣੀ ਝਾਕ ਕੇ ਅਤੇ ਅੰਦਰ ਨੂੰ ਕੋਈ ਰਹੀ ਆ ਗਏ ਅਤੇ ਮੇਰੇ 'ਤੇ ਹਮਲਾ ਕਰਤਾ ਜੀ। ਮੈਂ ਭਿੜਿਆ ਵੀ ਨਾਲ, ਪਰ ਜੀ ਉਹ ਦੋ ਜਾਣੇ ਸੀਗੇ ਅਤੇ ਉਹਨੇ ਮੇਰੇ ਇੱਕ ਇੱਥੇ ਕੁਹਾੜੀ ਮਾਰੀ, ਮੂੰਹ 'ਤੇ ਮਾਰੀ ਗਿਆ। ਫਿਰ ਜੀ ਮੈਂ ਉਹਨਾਂ ਨੂੰ ਚਕਮਾ ਦੇਣ ਵਾਸਤੇ ਗੇਟ ਵੱਲ ਨੂੰ ਆਇਆ ਵੀ ਚਾਬੀ ਉੱਥੇ ਪਈ ਆ ਗੱਲੇ ਦੀ, ਉਹ ਸੈਂਪਲ ਵਾਲੇ ਡੱਬਿਆਂ ਨੂੰ ਪਾਸੇ ਕੀਤਾ ਅਤੇ ਉਹ ਬੰਦਾ ਜਿਹੜਾ ਮੈਂ ਸੋਚਿਆ ਵੀ ਬਾਹਰ ਭੱਜ ਜੂੰਗਾ, ਉਹ ਹੀ ਆ ਕੇ ਬਾਰ ਮੂਹਰੇ ਖੜ ਗਿਆ ਜੀ, ਅਤੇ ਫਿਰ ਭੱਜਣ ਨਹੀਂ ਦਿੱਤਾ ਜੀ। ਫਿਰ ਮੈਨੂੰ ਚਾਬੀ ਦੱਸਣੀ ਪਈ ਜੀ, ਅਤੇ ਉਹ ਲੈ ਗਏ, ਸਾਰਾ ਕੈਸ਼ ਹੀ ਲੈ ਗਏ ਜੀ। ਜਿਹੜਾ ਪਰਸੋਂ ਰਾਤ ਦਾ ਪਿਆ ਸੀ ਉਹ ਵੀ ਲੈ ਗਏ, ਅਤੇ ਜਿਹੜਾ ਦਿਨ ਦਾ ਸਾਰਾ ਪਿਆ ਸੀ ਉਹ ਵੀ ਲੈ ਗਏ। ਠੀਕ ਆ, ਹਾਂਜੀ। ਕਿੰਨੇ ਲੋਕ ਸੀ ਉਹ? ਉਹ ਦੋ ਜਣੇ ਜੀ। ਦੋ ਜਣੇ ਸੀ, ਹਾਂਜੀ। ਕਿੰਨਾ ਕੁ ਕੈਸ਼ ਸੀਗਾ ਜਿਹੜਾ ਲੈ ਗਏ? ਕੈਸ਼ ਜੀ 85-90 ਹਜ਼ਾਰ ਸੀਗਾ ਜੀ। ਸਾਰਾ ਲੈ ਗਏ? ਹਾਂਜੀ ਸਾਰਾ ਲੈ ਗਏ। ਦੋ ਬੰਦੇ ਆਉਣੇ ਸੀ ਉਸ ਵੇਲੇ ਜੀ, ਉਹ ਕੋਈ 5-10 ਮਿੰਟ ਲੇਟ ਹੋ ਗਏ ਆਉਣ 'ਚ, ਅਤੇ ਮੁੰਡਾ ਇਕੱਲਾ ਸੀ ਉਸ ਟਾਈਮ। ਬੰਦੇ ਦੋ ਆਏ ਆ ਜੀ, ਉਹਨਾਂ ਕੋਲ ਹਥਿਆਰ ਸੀਗੇ, ਇੱਕ ਕੁਹਾੜੀ ਫੜੀ ਹੋਈ ਸੀ ਅਤੇ ਇੱਕ ਕੋਲ ਸ਼ਾਇਦ ਕੁਛ ਨਹੀਂ ਸੀਗਾ। ਦੋਵੇਂ ਨੂੰ ਆਫਿਸ ਦੇ ਵਿੱਚ ਹੀ ਉਹਨਾਂ ਨੇ ਮਾਰਕਟਾਈ ਕੀਤੀ, ਅਤੇ ਸੱਟਾ ਸੁੱਟਾ ਬੰਦੇ 'ਤੇ ਕੁਛ ਲੱਗੀਆਂ, ਸਾਡੇ ਪੁੱਜੀਆਂ ਕਾਫੀ, ਅਤੇ 1,00,000 ਰੁਪਏ ਦੇ ਕਰੀਬ ਇਹਦੇ ਕੋਲ ਪੇਮੈਂਟ ਸੀ ਉਸ ਵੇਲੇ, ਉਹ ਖੋ ਕੇ ਲੈ ਗਏ ਜੀ ਆਪਣੇ ਪੰਪ 'ਤੇ। ਇਹ ਇਸ ਮਹੀਨੇ 'ਚ ਸਮਝ ਲਓ ਤੁਸੀਂ 3rd ਵਾਰਦਾਤ ਹੋ ਗਈ ਹੈ ਜੀ। ਇਸ ਤੋਂ ਪਹਿਲਾਂ ਜਿਹੜੀ ਵਾਰਦਾਤ ਸੀ ਉਹ ਬੰਦੇ ਕੋਈ ਫੜੇ ਗਏ ਸੀ ਕਿ ਨਹੀਂ? ਉਹ ਬੰਦੇ ਆ ਜੀ, ਅਸੀਂ ਸਰਚ ਵੀ ਕਰ ਲਏ ਸੀ, ਖੋਸਾ ਕੋਟਲਾ ਤੋਂ ਬੰਦੇ ਸੀਗੇ ਉਹ, ਅਸੀਂ ਆਪ ਖੁਦ ਕੈਮਰਿਆਂ ਤੋਂ ਗਾਂ ਦੀ ਗਾਂ ਜਾ ਕੇ ਉਹ ਬੰਦੇ ਫੜ ਲਏ ਸੀ, ਪਰ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ 'ਤੇ। ਹੁਣ ਕੀ ਲੱਗਦਾ ਜਿਵੇਂ ਤੁਸੀਂ ਕੈਮਰੇ ਦੇਖ ਰਹੇ ਹੋ, ਹੁਣ ਲੱਗਦਾ ਕਿ ਬੰਦਿਆਂ ਦਾ? ਹੁਣ ਅਸੀਂ ਤਾਂ ਸਵੇਰ ਦੇ ਇਸੇ ਕੰਮ 'ਚ ਲੱਗੇ ਹੋਏ ਹਾਂ ਜੀ, ਇਸਦਾ ਬਹੁਤ ਹੋਪਫੁੱਲ ਹੈ ਵੀ ਕਿਸੇ ਤਰੀਕੇ ਨਾਲ ਬੰਦਿਆਂ ਦਾ ਕੋਈ ਕਲੂ ਮਿਲ ਜਾਵੇ, ਪਰ ਸਾਨੂੰ ਪ੍ਰਸ਼ਾਸਨ ਤੋਂ ਬਹੁਤ ਘੱਟ ਉਮੀਦ ਆ ਵੀ, ਕਿਉਂਕਿ ਪਹਿਲਾਂ ਕੋਈ ਕਾਰਵਾਈ ਹੋਈ ਨਹੀਂ ਸੀ, ਹੁਣ ਵੀ ਨਾ ਉਮੀਦ ਹਾਂ ਉਸ ਗੱਲ ਦੇ ਵਿੱਚ। ਅਸੀਂ ਤਾਂ ਮੰਗ ਕਰਦੇ ਹਾਂ ਵੀ ਕਿਸੇ ਤਰੀਕੇ ਵੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਕੱਲ੍ਹ ਸਾਡੇ ਮੁੰਡੇ 'ਤੇ ਜਿਵੇਂ ਇੰਨਾ ਹਮਲਾ ਹੋਇਆ, ਇਹਦੀ ਜਾਨ ਵੀ ਜਾ ਸਕਦੀ ਸੀ।
ਲੱਗਦਾ ਨਾ ਵੀ ਜਿਵੇਂ ਤੁਸੀਂ ਦੱਸਿਆ ਕਿ 5 ਵਜੇ ਦੀ ਘਟਨਾ ਦਿਨ ਦਿਹਾੜੀ ਦੀ ਵਾਰਦਾਤ। ਹਾਂ ਜੀ, ਮਾੜੇ ਹਾਲਾਤ ਆ ਜੀ, ਬਹੁਤ ਬਹੁਤ ਮਾੜੇ ਹਾਲਾਤ ਆ ਜੀ। ਬੰਦਿਆਂ ਦੇ ਹੌਸਲੇ ਬਹੁਤ ਵਧੇ ਹੋਏ ਆ, ਉਹਨਾਂ ਤੋਂ ਕੋਈ ਪਰਵਾਹ ਹੀ ਨਹੀਂ ਹੈਗੀ। ਐਂ ਲੱਗਦਾ ਵੀ ਜਿਵੇਂ ਉਹਨਾਂ ਦਾ ਜੰਗਲ ਰਾਜ ਆ, ਕਿਵੇਂ ਚੱਲੀ ਜਾਂਦਾ ਕੰਮ, ਕੋਈ ਸਮਝੋ ਬਾਹਰ ਹੋਈ ਵੀ ਗੱਲ ਜੀ। ਲੱਗਦਾ ਕਿ ਬੰਦੇ ਜਿਹੜੇ ਕਰਕੇ ਜਾਣਗੇ ਜਾਂ ਹੋ ਜਾਣਗੇ। ਹੁਣ ਇੱਕ ਵਾਰੀ ਤਾਂ ਪ੍ਰਸ਼ਾਸਨ ਨੇ ਸਾਨੂੰ ਪੁਲਿਸ ਵਾਲਿਆਂ ਨੇ ਮੁਲਾਜ਼ਮਾਂ ਨੇ ਅਤੇ ਭਰੋਸਾ ਦਿੱਤਾ, ਉਹ ਕਹਿੰਦੇ ਵੀ ਅਸੀਂ ਤੁਰ ਸ਼ਿੱਦਤ ਨਾਲ ਕੰਮ ਕਰ ਰਹੇ ਹਾਂ, ਪਰ ਸਾਨੂੰ ਉਮੀਦ ਇਸ ਕਰਕੇ ਘੱਟ ਜਾਂਦੀ ਆ ਵੀ ਅਸੀਂ ਪਹਿਲਾਂ ਵਾਲੇ ਬੰਦੇ ਖੁਦ ਫੜ ਕੇ ਫੜਾ ਦੇ ਸੀਗੇ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਜੀ, ਇਸ ਕਰਕੇ ਅਸੀਂ ਨਿਰਾਸ਼ ਹਾਂ। ਕਿੰਨਾ ਕੈਸ਼ ਤੁਸੀਂ ਦੱਸ ਰਹੇ? ਤਕਰੀਬਨ 95,000 ਰੁਪਇਆ ਸੀਗਾ ਜੀ ਮੁੰਡੇ ਕੋਲ। ਜਿਹੜੇ ਉਹ ਲੈ ਕੇ? ਹਾਂਜੀ।